साहिब जी गगन दमामा बजियो परियो निशान काओ खेत जो मांडियो सूरमा अब जूजन कौदाओ सूरा सो पहचानिए जो लर दीन के हेत पुरजा पुरजा कट मर कब होना छड़ खेत दंडौत बंधन अनेक बार सर्व कला समरथ डोलन ते राखो हो प्रभु नानक दे कर हथ फिरत फिरत प्रभु आया परया तौ शरणाए नानक की प्रभु बेनती अपनी भगती लाए सतनाम वाहे गुरु साहिब जी तनासुरी महला पंजवां औखी घड़ी ना देखण दे अपना बिरद संभाले हाथ दे राखे अपने को सास सास प्रतपाले औखी घड़ी ना देखण दे अपना बिरद संभाले हाथ दे राखे अपने को सास सास प्रतपाले प्रभ स्यों लाग रहे हो मेरा चीत आद अंत प्रभ सदा सहाय तन हमारा मीत रहाओ मन बिलास पए साहिब के अचरज देख बढ़ाई हार सिमर सिमर आनंद कर नानक प्रभ पूरन पैज रखाई मन बिलास पए साहिब के अचरज देख बढ़ाई हार सिमर सिमर आनंद कर नानक प्रभ पूरन पैज रखाई वाहिगुरु जी का खालसा वाहिगुरु जी की फतेह। गुरु रूप साध संगत जीओ ये पावन शब्द अमृत वेले कृपालू पातशाह जी ने पावन फुरमान दे रूप दे विच बख्शिश किया। दो पद्यां दा शब्द है एक रहाव दा बंद है गुरु अर्जन देव महाराज जी दा तनासरी राग दे विच दर्ज किया होया शब्द है। कृपालू पातशाह जी ने इस शब्द दे विच परमेश्वर दे मुद्ध कदीमी बिरद दी गल कही है। उहदा बिरद है अपने भगतां दी अपने प्रेम वालियां दी उह मुढ़ कदीमा तो सहायता करता रहा उन्हां दी लाज रखता रहा उन्हां दे अंग संग सहाई रहा। साहिब कहिंदे ने भगतां दी सदा तो रखदा हर जीओ धुर तो रखदा आया प्रहलाद जन तुद राख लए हर जीओ हरनाकिश मार पचाया। तो आरंभ दे विच जिक्र औखी घड़ी ना देखण दई अपना बिरद संभाले इत्थे दो गल्लां ने एक ते है भी परमेश्वर अपने प्रेम वाले नूं औखी घड़ी नहीं देखण दिंदा
ਦੂਸਰਾ ਆਪਣੇ ਬਿਰਧ ਦੀ ਪਾਲਣਾ ਕਰਦਾ। ਤੋ ਇੱਥੇ ਗੱਲ ਸਪਸ਼ਟ ਹੋ ਗਈ, ਪਰਮੇਸ਼ਰ ਦਾ ਬਿਰਧ ਹੈ ਆਪਣੇ ਭਗਤ ਦੀ ਲਾਜ ਰੱਖਣੀ। ਤੋ ਭਗਤ ਦੇ ਉੱਤੇ ਔਖੀ ਘੜੀ ਕਿਹੜੀ ਹੈ? ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਨੂੰ ਵਿਸਾਰ ਦੇਣਾ, ਪਰਮੇਸ਼ਰ ਦਾ ਵਿਸਰ ਜਾਣਾ ਸਭ ਤੋਂ ਔਖਾ ਸਮਾਂ ਹੈ। ਬਸ ਬਾਕੀ ਹੋਰ ਕੁਝ ਔਖਾ ਨਹੀਂ। ਕਾਰਨ, ਦੁੱਖ ਇਨਸਾਨ ਨੂੰ ਉਦੋਂ ਹੁੰਦਾ ਹੈ ਜਦੋਂ ਪਰਮੇਸ਼ਰ ਨਾਲ ਨਹੀਂ। ਜਦੋਂ ਪਰਮੇਸ਼ਰ ਨਾਲ ਹੋਏਗਾ ਫਿਰ ਦੁੱਖ ਨਹੀਂ ਹੋ ਸਕਦਾ। ਇਸ ਕਰਕੇ ਕੋਈ ਵੀ ਔਖੀ ਜਿਹੜੀ ਘੜੀ ਹੈ ਉਹ ਉਹੀ ਹੋਈ ਜਦੋਂ ਪਰਮੇਸ਼ਰ ਵਿਸਰ ਗਿਆ। ਤੋ ਸਾਹਿਬ ਕਹਿੰਦੇ ਨੇ ਪਰਮੇਸ਼ਰ ਐਵੇਂ ਹੋਣ ਨਹੀਂ ਦਿੰਦਾ। ਕਿਵੇਂ? ਵੀ ਉਹਦੇ ਭਗਤ ਨੂੰ ਉਹ ਵਿਸਰ ਜਾਏ। ਜਿਹਨੂੰ ਪਰਮੇਸ਼ਰ ਚਾਹੁੰਦਾ ਉਹਦੀ ਯਾਦ 'ਚ ਉਹ ਆਏ, ਉਹਨੂੰ ਕਦੀ ਪਰਮੇਸ਼ਰ ਵਿਸਰਦਾ ਨਹੀਂ। ਸਾਡੇ ਐਫਰਟਸ ਦੇ ਨਾਲ ਪਰਮੇਸ਼ਰ ਸਾਡੀ ਯਾਦ 'ਚ ਵੱਸਦਾ ਨਹੀਂ, ਉਹਦੀ ਕਿਰਪਾ ਦੇ ਨਾਲ ਵੱਸਦਾ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਸਾਰੇ ਐਫਰਟਸ ਜਿਹੜੇ ਨੇ ਉਹ ਮਹਾਰਾਜ ਕਹਿੰਦੇ ਨੇ ਜੀਰੋ ਨੇ। ਅਚਿੰਤ ਮਿਲਣਾ ਰਹਿਮਤ ਦੇ ਨਾਲ, ਬਖਸ਼ਿਸ਼ ਦੇ ਨਾਲ। ਤੋ ਪਰਮੇਸ਼ਰ ਦੇ ਬਖਸ਼ਿਸ਼ ਕੀ ਆ? ਉਹ ਆਪਣੇ ਭਗਤ ਨੂੰ ਵਿਸਰਨ ਨਹੀਂ ਦਿੰਦਾ। ਜਿਸ ਵਿਸਰੈ ਸੋ ਮਰ ਜਾਈ, ਤਕਲੀਫ ਉਹਨੂੰ ਆ। ਆਤਮਿਕ ਪੱਧਰ ਦੀ ਮੌਤ ਉਹਦੀ ਆ ਜਿਹਨੂੰ ਪਰਮੇਸ਼ਰ ਵਿਸਰ ਗਿਆ। ਤੋ ਸਾਹਿਬ ਕਹਿੰਦੇ ਨੇ ਹਰ ਵਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾ ਕੋਟ ਤੁਹਾਰੀ। ਧੋਖਾ ਇੱਥੇ ਦੁਨਿਆਵੀ ਪੱਧਰ ਦਾ ਵੀ ਨਹੀਂ। ਆਪਾਂ ਜਦੋਂ ਧੋਖੇ ਦੀ ਗੱਲ ਕਰਦੇ ਹਾਂ ਉਹ ਬਾਹਰੀ ਪੱਧਰ ਦੀ ਹੈ। ਅਸਲ ਦੇ ਵਿੱਚ ਮਨ ਦੇ ਅੰਦਰ ਧੋਖਾ ਵਾਪਰਦਾ ਹੈ। ਕਿਵੇਂ? ਜਦੋਂ ਇਨਸਾਨ ਦਾ ਮਨ ਜਿਹੜਾ ਉਹ ਪਰਮੇਸ਼ਰ ਨਾਲੋਂ ਟੁੱਟ ਕੇ ਮਾਇਆ ਦੇ ਪ੍ਰਭਾਵ ਅਧੀਨ ਆਉਂਦਾ, ਤੋ ਉਹ ਜੋ ਚਿਤਵਦਾ ਹੈ, ਜਿਸ ਮਾਹੌਲ ਦੇ ਵਿੱਚ ਉਹ ਜਿਉਣਾ ਚਾਹੁੰਦਾ ਹੈ ਉਹਦੇ ਵਿੱਚ ਉਹਨੂੰ ਦੁੱਖ ਸਹਾਰਨਾ ਪੈਂਦਾ, ਦੁੱਖ ਸਹਿਣਾ ਪੈਂਦਾ, ਉਹਨੂੰ ਉੱਥੇ ਉਹਨੂੰ ਤਕਲੀਫ ਮਹਿਸੂਸ ਹੁੰਦੀ ਹੈ। ਜਦੋਂ ਭਗਤ ਪਰਮੇਸ਼ਰ ਦੇ ਪ੍ਰੇਮ 'ਚ ਹੋ ਗਿਆ, ਗੁਰੂ ਦੇ ਪ੍ਰੇਮ 'ਚ ਵੱਜ ਗਿਆ, ਫਿਰ ਉਹ ਆਪ 'ਤੇ ਰਿਹਾ ਹੀ ਨਹੀਂ, ਹੁਣ ਗੁਰੂ ਉਹਦੇ ਅੰਦਰ ਵੱਸ ਗਿਆ, ਉਹਦੀ ਤਕਲੀਫ ਗੁਰੂ ਨੇ ਹੰਡਾਈ। ਇੱਕ ਛੋਟਾ ਜਿਹਾ ਇੰਸੀਡੈਂਟ ਆ ਪੜ੍ਹਨ ਨੂੰ ਮਿਲਿਆ। ਇੱਕ ਰੱਬ ਦੇ ਪ੍ਰੇਮ ਵਾਲਾ ਜੀ ਹੈ, ਬਹੁਤ ਪ੍ਰੇਮ ਕਰਦਾ ਪਰਮੇਸ਼ਰ ਨੂੰ। ਉਹਨੇ ਆਪਣੀ ਲਾਈਫ 'ਚ ਕਈ ਵਾਰੀ ਮਹਿਸੂਸ ਕੀਤਾ ਜਦੋਂ ਸਵੇਰੇ ਸਮੁੰਦਰ ਦੇ ਕੰਢੇ ਸੈਰ ਕਰਨ ਜਾਏ, ਵੀ ਜਿਵੇਂ ਉਹਦੇ ਕਦਮਾਂ ਦੇ ਨਾਲ ਰੇਤ ਦੇ ਉੱਤੇ ਕਿਸੇ ਦੂਸਰੇ ਦੇ ਕਦਮਾਂ ਦੇ ਨਿਸ਼ਾਨ ਵੀ ਨੇ, ਪਰ ਉਹ ਦਿਸਦਾ ਨਹੀਂ ਕੌਣ ਆ। ਉਹਨੇ ਇਹ ਮਹਿਸੂਸ ਕਰਨਾ ਵੀ ਪਰਮੇਸ਼ਰ ਮੇਰੇ ਨਾਲ ਆ, ਇਸ ਕਰਕੇ ਉਹ ਅਦ੍ਰਿਸ਼ ਰੂਪ 'ਚ ਮੇਰੇ ਅੰਗ ਸੰਗ ਰਹਿੰਦਾ, ਮੈਨੂੰ ਕੋਈ ਤਕਲੀਫ ਨਹੀਂ ਆਉਣ ਦਿੰਦਾ। ਲਾਈਫ ਦੇ ਵਿੱਚ ਇੱਕ ਭੀੜ ਭਰਿਆ ਸਮਾਂ ਆਇਆ, ਉਸੇ ਆਪਣੇ ਰੂਟੀਨ ਨੂੰ ਨਿਭਾਉਂਦਾ ਉਹ ਸਮੁੰਦਰ ਦੇ ਕੰਢੇ ਸੈਰ ਕਰਨ ਗਿਆ। ਉਦੋਂ ਉਹਨੇ ਵੇਖਿਆ ਰੇਤ ਦੇ ਉੱਤੇ ਸਿਰਫ ਇੱਕ ਹੀ ਕਦਮਾਂ ਦੇ ਨਿਸ਼ਾਨ ਸਨ। ਉਹਦੇ ਮਨ 'ਚ ਖਿਆਲ ਆਇਆ ਵੀ ਸ਼ਾਇਦ ਭੀੜ ਦੇ ਸਮੇਂ ਪਰਮੇਸ਼ਰ ਵੀ ਸਾਨੂੰ ਛੱਡ ਦਿੰਦਾ, ਇਸ ਕਰਕੇ ਮੈਨੂੰ ਇਹ ਇੰਨਾ ਦੁੱਖ ਵਾਲੇ ਸਮੇਂ ਦੇ ਵਿੱਚ ਮੈਂ ਇਕੱਲਾ ਹੀ ਇਹਨੂੰ ਹੰਡਾ ਰਿਹਾ। ਪਰਮੇਸ਼ਰ ਦੇ ਜਦੋਂ ਉਹ ਪੇਸ਼ ਹੋਇਆ, ਜਦੋਂ ਰੂਬਰੂ ਹੋਏ, ਕਹਿੰਦੇ ਨੇ ਉਹਨੇ ਪਰਮੇਸ਼ਰ ਨੇ ਉਹਨੂੰ ਕਿਹਾ ਵੀ ਮੈਂ ਤੈਨੂੰ ਬਹੁਤ ਪ੍ਰੇਮ ਕਰਦਾ। ਜਿਹਨੂੰ ਪਰਮੇਸ਼ਰ ਯਾਦ ਕਰਦਾ ਹੈ, ਧਰਤੀ 'ਤੇ ਦੋ ਤਰ੍ਹਾਂ ਦੇ ਜੀਵ ਨੇ, ਇੱਕ ਜਿਹੜੇ ਰੱਬ ਨੂੰ ਯਾਦ ਕਰਦੇ ਨੇ, ਇੱਕ ਜਿਨ੍ਹਾਂ ਨੂੰ ਰੱਬ ਯਾਦ ਕਰਦਾ ਹੈ। ਜਿਨ੍ਹਾਂ ਨੂੰ ਰੱਬ ਯਾਦ ਕਰਦਾ ਉਹ ਬਹੁਤ ਥੋੜ੍ਹੇ ਨੇ, ਉਹਨਾਂ ਨੂੰ ਫਿਰ ਵਿਸਰਦਾ ਨਹੀਂ। ਕੋਟਨ ਮੈਂ ਕੋ ਨਾਰਾਇਣ ਜਿਹੇ ਚੀਤ, ਜਿਨ੍ਹਾਂ ਦੇ ਚਿੱਤ 'ਚ ਰੱਬ ਵੱਸਦਾ ਹੈ ਉਹ ਮਹਾਰਾਜ ਕਹਿੰਦੇ ਨੇ ਕਰੋੜਾਂ 'ਚ ਕੋਈ ਨਹੀਂ, ਬਾਕੀ ਸਾਰੇ ਅਸੀਂ ਸਮੇਂ ਦੇ ਅਕੋਰਡਿੰਗ ਉਹਨੂੰ ਯਾਦ ਕਰਦੇ ਰਹਿੰਦੇ। ਤੋ ਖੈਰ, ਉਹਨੇ ਜਦੋਂ ਪਰਮੇਸ਼ਰ ਦੀ ਇਹ ਗੱਲ ਸੁਣੀ ਤੋ ਹੈਰਾਨ ਹੋਇਆ, ਨਾਲੇ ਉਹਦੇ ਮਨ 'ਚ ਵੀ ਇਹ ਵਿਚਾਰ ਆਈ, ਫੁਰਨਾ ਆਇਆ ਵੀ ਜਦੋਂ ਭੀੜ ਭਰਾ ਸਮਾਂ ਆਇਆ ਉਦੋਂ ਮੇਰੇ ਐਕਸਪੀਰੀਅੰਸ 'ਚ ਨਹੀਂ ਆਇਆ ਵੀ ਪਰਮੇਸ਼ਰ ਮੇਰੇ ਨਾਲ ਆ। ਤੋ ਪਰਮੇਸ਼ਰ ਨੂੰ ਕਹਿੰਦਾ ਵੀ ਮਹਾਰਾਜ, ਇੱਕ ਜ਼ਿੰਦਗੀ ਦੇ ਵਿੱਚ ਸਮਾਂ ਆਇਆ ਜਦੋਂ ਮੈਨੂੰ ਇਹ ਮਹਿਸੂਸ ਹੋਇਆ ਵੀ ਤੁਸੀਂ ਮੇਰੇ ਨਾਲ ਨਹੀਂ ਸੀ। ਕਹਿੰਦੇ ਤੈਨੂੰ ਮਹਿਸੂਸ ਕਿਵੇਂ ਹੋਇਆ? ਕਹਿੰਦਾ ਮੈਂ ਰੋਜ਼ ਸਮੁੰਦਰ ਦੇ ਕੰਢੇ ਸੈਰ ਕਰਨ ਜਾਂਦਾ, ਮੈਂ ਮਹਿਸੂਸ ਕੀਤਾ, ਮੈਂ ਵੇਖਿਆ ਵੀ ਮੇਰੇ ਨਾਲ ਇੱਕ ਕਦਮਾਂ ਦੇ ਹੋਰ ਨਿਸ਼ਾਨ ਹੁੰਦੇ ਸਨ।
ਤੇ ਮੈਂ ਇਹੀ ਸੋਚਦਾ ਸੀ ਵੀ ਉਹ ਤੇਰੇ ਨੇ, ਪਰ ਜਦੋਂ ਉਹ ਸਮਾਂ ਆਇਆ ਉਦੋਂ ਸਿਰਫ ਇੱਕ ਹੀ ਕਦਮਾਂ ਦੇ ਨਿਸ਼ਾਨ ਸਨ ਜਿਹੜੇ ਮੇਰੇ ਸਨ। ਪਰਮੇਸ਼ੁਰ ਕਹਿੰਦਾ ਤੈਨੂੰ ਇੱਥੇ ਗਲਤ ਫਹਿਮੀ ਹੋ ਗਈ, ਉਹ ਜਿਹੜੇ ਤੂੰ ਸਮੁੰਦਰ ਦੇ ਕੰਢੇ ਕਦਮਾਂ ਦੇ ਨਿਸ਼ਾਨ ਦੇਖੇ ਉਹ ਮੇਰੇ ਸੀ, ਤੈਨੂੰ ਤਾਂ ਮੈਂ ਆਪਣੀ ਝੋਲੀ 'ਚ ਚੁੱਕ ਲਿਆ ਸੀ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਜਦੋਂ ਪਰਮੇਸ਼ੁਰ ਅੰਗ ਸੰਗ ਹੁੰਦਾ, ਸਵੇਰ ਦੇ ਵੀ ਜਿਹੜੀ ਵਿਚਾਰ ਸੀ ਉਹਦੇ ਵਿੱਚ ਵੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਗੱਲ ਕਹੀ, ਬਾਬਾ ਜੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਜਦੋਂ ਕੋਲ ਨੇ, ਵੀ ਜਿਹੜਾ ਗੁਰੂ ਨੂੰ ਪ੍ਰੇਮ ਕਰਦਾ ਹੈ, ਮਾਂ ਵੱਡੇ ਮਹਾਂਪੁਰਸ਼ ਕਹਿੰਦੇ ਨੇ ਸੰਤ ਜਰਨੈਲ ਸਿੰਘ ਹਰਨ, ਜਦੋਂ ਜਿਹਨੂੰ ਗੁਰੂ ਪ੍ਰੇਮ ਕਰਦਾ ਫਿਰ ਉਹਦੇ ਵਿੱਚ ਆ ਕੇ ਗੁਰੂ ਆਪ ਬਹਿ ਜਾਂਦਾ, ਫਿਰ ਉਹਨੂੰ ਉਹ ਦਰਦ ਨਹੀਂ ਹੁੰਦਾ, ਉਹਦੀ ਤਕਲੀਫ ਫਿਰ ਗੁਰੂ ਆਪਣੇ ਉੱਤੇ ਹੰਡਾਉਂਦਾ। ਇਹ ਸਿੱਖੀ ਦਾ, ਸਿੱਖੀ ਦੇ ਵਿੱਚ ਰੀਅਲਾਈਜੇਸ਼ਨ ਆ ਗੋਡ ਦੀ, ਇਹ ਗੁਰੂ ਦੇ ਪ੍ਰੇਮ ਦੀ ਰੀਅਲਾਈਜੇਸ਼ਨ ਆ, ਵੀ ਐਵੇਂ ਹੁੰਦਾ ਗੁਰੂ ਆਪਣਾ ਆਪ ਸਿੱਖ ਦੇ ਵਿੱਚ ਟਿਕਾ ਦਿੰਦਾ, ਫਿਰ ਜੋ ਹੰਡਾਉਂਦਾ ਦਰਦ ਉਹ ਗੁਰੂ ਹੰਡਾਉਂਦਾ, ਸਿੱਖ ਨਹੀਂ। ਸਾਡੇ ਕੋਲ ਬਹੁਤ ਪ੍ਰਮਾਣ ਨੇ ਅਸੀਂ। ਤੋ ਮਹਾਰਾਜ ਕਹਿੰਦੇ ਨੇ ਔਖੀ ਘੜੀ ਪਰਮੇਸ਼ੁਰ ਆਉਣ ਹੀ ਨਹੀਂ ਦਿੰਦਾ, ਔਖੀ ਕਿਵੇਂ ਆਊਗੀ ਜਦੋਂ ਉਹ ਆਪ ਆ ਕੇ ਵੱਸ ਗਿਆ, ਉਹਨੇ ਚੁੱਕ ਲਿਆ ਆਪਣੀ ਝੋਲੀ ਦੇ ਵਿੱਚ ਸਾਨੂੰ, ਆਪਣਾ ਬਿਰਧ ਸੰਭਾਲੇ, ਉਹ ਆਪਣੇ ਬਿਰਧ ਨੂੰ ਕਦੀ ਭੁੱਲਦਾ ਨਹੀਂ। ਹੱਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ, ਹੁਣ ਉਹਦਾ ਬਿਰਧ ਨੂੰ ਉਹ ਪਾਲਦਾ ਕਿਵੇਂ, ਪਰਮੇਸ਼ੁਰ ਆਪਣੇ ਬਿਰਧ ਨੂੰ ਕਿਵੇਂ ਪਾਲ ਲਿਆ, ਪਾਲ ਰਿਹਾ। ਜਿਹੜਾ ਪਰਮੇਸ਼ੁਰ ਨੂੰ ਪ੍ਰੇਮ ਕਰਨ ਵਾਲਾ, ਪਰਮੇਸ਼ੁਰ ਉਹਨੂੰ ਆਪਣੇ ਆਪ ਨੂੰ ਵਿਸਰਨ ਹੀ ਨਹੀਂ ਦਿੰਦਾ, ਵੀ ਮੈਨੂੰ ਵਿਸਾਰ ਦੇ। ਦੁੱਖ ਕਦੋਂ ਹੈ, ਜਦੋਂ ਪਰਮੇਸ਼ੁਰ ਵਿਸਰਦਾ। ਮਹਾਰਾਜ ਬਾਣੀ ਕਹਿੰਦੇ ਨੇ ਵੀ ਰੱਬ ਵਿਸਰਿਆ ਤੋ ਸਮਝੋ ਦੁੱਖ ਆ, ਉਹ ਚੇਤੇ ਆਉਂਦਾ ਅਤੇ ਆਨੰਦ ਆ। ਤੋ ਉਹ ਹੱਥ ਦੇ ਕੇ ਆਪਣੇ ਸੇਵਕਾਂ ਨੂੰ ਆਪ ਰੱਖਦਾ, ਸਾਸ ਸਾਸ ਪ੍ਰਤ ਪਾਲੇ, ਸਾਸ ਸਾਸ ਪ੍ਰਤ ਪਾਲਣਾ ਕਰਦਾ। ਹਾਲਾਂਕਿ ਸਾਰੀ ਸ੍ਰਿਸ਼ਟੀ ਸਾਰੀ ਖਲਕਤ ਦੀ ਪਰਮੇਸ਼ੁਰ ਸਾਸ ਸਾਸ ਪ੍ਰਤ ਪਾਲਣਾ ਕਰ ਰਿਹਾ, ਪਰ ਉਸ ਪ੍ਰਤਿਪਾਲਣਾ ਦੇ ਵਿੱਚ ਪਰਮੇਸ਼ੁਰ ਆਪਣੇ ਬਿਰਧ ਨੂੰ ਨਿਭਾ ਰਿਹਾ। ਜੀਵ ਕਿਤੇ ਨਾ ਕਿਤੇ ਉਹਦੇ ਤੋਂ ਉਨਮੁਖਾ, ਉਹਦੇ ਤੋਂ ਦੂਸਰੇ ਪਾਸੇ ਨੂੰ ਉਹ ਵਹਿੰਦਾ, ਵੀ ਕਿਤੇ ਉਹ ਉਹਨੂੰ ਭੁਲਾ ਦਿੰਦਾ, ਪਰਮੇਸ਼ੁਰ ਨਹੀਂ ਭੁਲਾਉਂਦਾ। ਮਹਾਰਾਜ ਕਹਿੰਦੇ ਨੇ ਜਦੋਂ ਪਰਮੇਸ਼ੁਰ ਦਿਆਲ ਹੁੰਦਾ ਫਿਰ ਉਹ ਸੇਵਕ ਨੂੰ ਆਪਣਾ ਆਪਾ ਭੁੱਲਣ ਹੀ ਨਹੀਂ ਦਿੰਦਾ, ਜੋੜੀ ਰੱਖਦਾ। ਅਤੇ ਜਦੋਂ ਪਰਮੇਸ਼ੁਰ ਚੇਤੇ 'ਚ ਆਉਂਦਾ ਫਿਰ ਕੋਈ ਦੂਜਾ ਦੁੱਖ ਪੋ ਨਹੀਂ ਸਕਦਾ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ। ਹੁਣ ਮਹਾਰਾਜ ਜੀ ਨੇ ਗੱਲ ਕਨਫਰਮ ਕਰ ਦਿੱਤੀ ਵੀ ਔਖੀ ਘੜੀ ਆਉਂਦੀ ਕਿਉਂ ਨਹੀਂ, ਕਿਉਂਕਿ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਮੇਰਾ ਚੇਤ ਹੀ ਪਰਮੇਸ਼ੁਰ ਨਾਲ ਜੁੜਿਆ ਹੋਇਆ। ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਮੀਤ ਕਹਿੰਦੇ ਨੇ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਜਿਹੜਾ ਤੁਹਾਨੂੰ ਵੀ ਪਿਆਰ ਕਰਦਾ ਹੋਵੇ, ਇੱਕ ਤਰਫਾ ਨਹੀਂ ਦੋਵੇਂ ਤਰਫਾ ਪ੍ਰੇਮ ਹੋਵੇ। ਜਿੰਨਾ ਅਥਾਹ ਪ੍ਰੇਮ ਸੇਵਕ ਪਰਮੇਸ਼ੁਰ ਨੂੰ ਕਰਦਾ ਓਨਾ ਹੀ ਅਥਾਹ ਪ੍ਰੇਮ ਸੇਵਕ ਨੂੰ ਪਰਮੇਸ਼ੁਰ ਕਰਦਾ, ਦੋਨਾਂ ਦੇ ਵਿੱਚ ਇਹ ਸਾਂਝ ਆ। ਤੋ ਮਹਾਰਾਜ ਕਹਿੰਦੇ ਨੇ ਆਦਿ ਅੰਤ ਪ੍ਰਭ ਸਦਾ ਸਹਾਈ, ਹਰ ਸਮੇਂ। ਆਦਿ ਅੰਤ ਦਾ ਮਤਲਬ ਹੈ ਹਰ ਸਮੇਂ ਹੀ ਸਾਡਾ ਵਜੂਦ ਪਰਮੇਸ਼ੁਰ ਹੋਏਗਾ। ਧੰਨ ਹਮਾਰਾ ਮੀਤ, ਉਹ ਧੰਨ ਆ ਜਿਹੜਾ ਸਾਡਾ ਸੱਜਣ ਆ ਸਾਹਿਬ। ਉਹ ਸੱਜਣ ਕਿਹੜਾ, ਜਿਹੜਾ ਹਰ ਸਮੇਂ ਨਾਲ ਖੜਾ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਮਹਾਰਾਜ ਕਹਿੰਦੇ ਨੇ ਸੱਜਣ ਉਹ ਆ ਜਿਹੜਾ ਜਿੱਥੇ ਸਪੀਡ ਪਵੇ, ਜਿੱਥੇ ਕਿਤੇ ਗੱਲ ਕਰਨੀ ਪਏ, ਜਿੱਥੇ ਲੇਖਾ ਦੇਣਾ ਪਏ, ਉਹ ਨਾਲ ਖੜਾ ਹੋਏ। ਤੋ ਇਹ ਸਮਰੱਥਾ ਪਰਮੇਸ਼ੁਰ 'ਚ ਰਹਾਓ। ਮਨ ਬਿਲਾਸ ਪਏ, ਸਾਹਿਬ ਕਹਿੰਦੇ ਨੇ ਹੁਣ ਮਨ ਦੇ ਵਿੱਚ ਬੜਾ ਖੇੜਾ ਬਣਿਆ, ਆਨੰਦ ਬਣਿਆ, ਖੁਸ਼ੀ ਬਣਦੀ ਹੈ, ਹੈਰਾਨੀ ਹੁੰਦੀ ਹੈ। ਕੀ ਤੱਕ ਕੇ ਸਾਹਿਬ ਕੇ ਅਚਰਜ ਦੇਖ ਵਡਾਈ, ਉਹਦੀਆਂ ਅਚਰਜ ਵਡਿਆਈਆਂ ਵੇਖ ਵੇਖ ਕੇ ਮਨ ਦੇ ਵਿੱਚ ਨਿਮਖ ਨਿਮਖ ਚਾਅ ਪੈਦਾ ਹੁੰਦਾ ਉਹਨੂੰ ਹੋਰ ਵੇਖਣ ਦੀ। ਜਿਹੜਾ ਸਪਿਰਿਚੁਅਲ ਐਕਸਪੀਰੀਅੰਸ ਆ ਪਰਮੇਸ਼ੁਰ ਦੇ ਵਾਲਾ, ਉਹਦੇ ਪ੍ਰੇਮ 'ਚ ਭਿੱਜਣ ਵਾਲਾ, ਉਹਦੇ 'ਚ ਸਾਹਿਬ ਮੇਰਾ ਨੀਤ ਨਵਾਂ, ਕੋਈ ਚੀਜ਼ ਉਹਦੇ 'ਚ ਬਹੀ ਨਹੀਂ ਹੈਗੀ, ਕੋਈ ਚੀਜ਼ ਉਹਦੇ 'ਚ ਓਪਰੀ ਨਹੀਂ ਹੈਗੀ, ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਆਨੰਦ ਨਾ ਦੇ। ਹਰ ਫੁਰਨੇ ਦੇ ਵਿੱਚ, ਹਰ ਨਵੇਂ ਪਾਲ ਦੇ ਵਿੱਚ ਕੁਝ ਨਵਾਂ ਹੀ ਹੈ। ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦੇ ਵਿੱਚ ਬੜੀ ਕਮਾਲ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਕਾ, ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਵਾਦ ਨਾਂਗੇ ਫਿਰੈ ਜੰਦ।
ਹਰ ਚੀਜ਼ ਵਿਸਮਾਦ ਚ ਆ, ਹਰ ਚੀਜ਼ ਨਵੀਂ ਆ, ਹਰ ਚੀਜ਼ ਵਿਸਮਿਤ ਕਰ ਦੇਣ ਵਾਲੀ ਹੈ। ਮਹਾਰਾਜ ਕਹਿੰਦੇ ਨੇ ਭੁੱਖ 'ਚ ਵੀ ਵਿਸਮਾਦ ਆ, ਵਿਸਮਾਦ ਵੰਡਰ ਖੇਡਾ, ਪਰਮੇਸ਼ਰ ਦੀ ਕੁਦਰਤ ਉਹਦੇ ਵਿੱਚ ਵੱਸੀ ਹੋਈ ਆ। ਇਹੋ ਜਿਹਾ ਸਭ ਕੁਝ ਵੇਖ ਕੇ ਧਰਤੀ 'ਤੇ ਸਾਹਿਬ ਕਹਿੰਦੇ ਨੇ ਅੰਦਰ ਖੇੜਾ ਪੈਦਾ ਹੁੰਦਾ ਹੈ, ਔਰ ਉਹ ਕੀ ਆ, ਇਹ ਪਰਮੇਸ਼ਰ ਦੇ ਕੌਤਕ ਨੇ ਜਿਹੜੇ ਹੈਰਾਨ ਕਰ ਦੇਣ ਵਾਲੇ ਨੇ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਚ ਰਖਾਈ। ਫਿਰ ਆਪਾਂ ਕੀ ਕਰੀਏ, ਤਾਂ ਸਾਹਿਬ ਕਹਿੰਦੇ ਨੇ ਤੁਸੀਂ ਉਹਨੂੰ ਯਾਦ ਕਰੋ, ਬਸ ਉਹਦੀ ਯਾਦ 'ਚ ਜੁੜੇ ਰਹੋ, ਜੁੜੇ ਰਹੋ, ਜੁੜੇ ਰਹਾਂਗੇ, ਹੋਏਗਾ ਕੀ, ਆਨੰਦ ਕਰ ਨਾਨਕ। ਆਨੰਦ ਮਹਾਰਾਜ ਕਹਿੰਦੇ ਨੇ ਹੁੰਦਾ ਰਹੇਗਾ ਤੈਨੂੰ ਹੇ ਨਾਨਕ, ਪੰਚਮ ਪਾਤਸ਼ਾਹ। ਪ੍ਰਭ ਪੂਰਨ ਪੈਜ ਰਖਾਈ, ਉਹ ਪੂਰੀ ਪੈਜ ਰੱਖਦਾ, ਅਧੂਰੀ ਨਹੀਂ, ਵੀ ਅੱਧਾ ਕੰਮ ਕੀਤਾ ਅੱਧਾ ਨਹੀਂ। ਤੋ ਪਰਮੇਸ਼ਰ ਦਾ ਨਾਮ ਜਪਣਾ ਕੀ ਹੋਇਆ, ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਪਰਮੇਸ਼ਰ ਨਾ ਵਿਸਰੇ, ਔਖਾ ਕੁਝ ਨਹੀਂ, ਔਖੀ ਕੋਈ ਘੜੀ ਨਹੀਂ, ਪਰਮੇਸ਼ਰ ਯਾਦ 'ਚ ਰਹੇ। ਉਹ ਪਰਮੇਸ਼ਰ ਯਾਦ 'ਚ ਰਹੇ, ਅਸੀਂ ਕਿੱਥੇ ਕੰਸਨਟ੍ਰੇਟ ਕਰੀਏ, ਕਿਹੜੀ ਚੀਜ਼ ਨੂੰ ਵੇਖੀਏ, ਜਿਹੜੀ ਚੀਜ਼ ਸਾਨੂੰ ਹਰ ਸਮੇਂ ਪਰਮੇਸ਼ਰ ਨੂੰ ਯਾਦ ਦਵਾਉਂਦੀ ਰਹੇ ਉਹਦੀ। ਤੋ ਸਾਹਿਬ ਕਹਿੰਦੇ ਨੇ ਪਰਮੇਸ਼ਰ ਦੀ ਅਸਚਰਜਤਾ ਵੇਖੋ, ਜੋ ਉਹਨੇ ਬਣਾਇਆ, ਜੋ ਉਹਨੇ ਘੜਿਆ, ਉਹਦੇ ਵਿੱਚ ਸਭ ਕੁਝ ਨਵਾਂ ਹੈ ਹਰ ਪਲ, ਉਹਦੇ ਵਿੱਚ ਹਰ ਸਮੇਂ ਉਹਦੇ ਵਿੱਚ ਕੁਝ ਵਿਸਮਿਤ ਕਰ ਦੇਣ ਵਾਲਾ ਹੈ। ਔਰ ਉਹ ਸਾਡੇ ਸਾਰਿਆਂ ਦੇ ਐਕਸਪੀਰੀਅੰਸ 'ਚ ਪਲ ਪਲ ਪ੍ਰਕਿਰਤੀ ਦੇ ਰੂਪ ਦੇ ਵਿੱਚ, ਪਲ ਪਲ ਸੰਸਾਰ ਦੇ ਵਿੱਚ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਦੇ ਰੂਪ 'ਚ ਵਿੱਚ, ਬੱਚਿਆਂ ਦੇ ਸੰਪਰਕ 'ਚ ਆਈਏ, ਉਹਦੇ ਸੰਬੰਧ 'ਚ ਕਿਤੇ ਵੀ, ਹਰ ਸਮੇਂ ਪਰਮੇਸ਼ਰ ਆਪਣੀ ਨਵੀਨਤਾਈ, ਉਹਦਾ ਨਵਾਂਪਨ ਜਿਹੜਾ ਉਹ ਹਰ ਚੀਜ਼ ਦੇ ਵਿੱਚੋਂ ਵਿਖਾਉਂਦਾ। ਭਗਤ ਨੂੰ ਇਹ ਚੀਜ਼ਾਂ ਕਿੱਥੋਂ ਮਹਿਸੂਸ ਹੁੰਦੀਆਂ ਨੇ, ਜਦੋਂ ਉਹ ਅੰਦਰਲੇ ਤਲ 'ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਦਾ, ਉਹਦੀ ਬੰਦਗੀ ਦੇ ਵਿੱਚ ਜੁੜਦਾ, ਫਿਰ ਉਹਨੂੰ ਬਾਹਰ ਘੁੰਮਣ ਦੀ ਲੋੜ ਨਹੀਂ ਪੈਂਦੀ। ਗੁਰਮਤ ਆ ਜਿਹੜਾ ਰਿਲੀਜੀਅਸ ਐਕਸਪੀਰੀਅੰਸ ਹੈ, ਸਪਿਰਿਚੁਅਲ ਲਾਈਫ ਜਿਹੜੀ ਆ, ਰੂਹਾਨੀਅਤ ਜਿਹੜੀ ਆ, ਉਹ ਆਹ ਚੀਜ਼ ਹੁੰਦੀ ਹੈ। ਸ਼ਬਦ ਦੇ ਨਾਲ ਜਦੋਂ ਸੁਰਤ ਆਪਣਾ ਸੰਬੰਧ ਬਣਾਉਂਦੀ ਹੈ, ਸ਼ਬਦ ਅੰਦਰਲੇ ਤਲ 'ਤੇ ਹੀ ਸਾਨੂੰ ਉਹ ਸਾਰੇ ਖੇੜਿਆਂ ਦੇ ਦੀਦਾਰ ਕਰਾਈ ਜਾਂਦਾ, ਨਿਮਕ ਨਿਮਕ, ਪਲ ਪਲ। ਔਰ ਜਿਹੜੀ ਰੂਹ ਉਹਦੇ ਨਾਲ ਜੁੜਦੀ ਹੈ, ਜਿਹੜਾ ਮਨ ਉਸ ਪਾਸੇ ਜੁੜਿਆ ਹੁੰਦਾ, ਉਹ ਮਨ ਪਲ ਪਲ ਵਿਸਮਿਤ ਹੁੰਦਾ, ਉਹ ਸਾਰੀਆਂ ਕੁਝ ਸੁਣ ਕੇ, ਉਹ ਸਾਰਾ ਕੁਝ ਵੇਖ ਕੇ ਵੇਖਦਾ ਅੰਤਰਾਤਮੇ। ਇਹ ਸਾਰਾ ਐਕਸਪੀਰੀਅੰਸ ਅੰਦਰ ਦਾ, ਮਨ ਦਾ। ਤੋ ਮਹਾਰਾਜ ਕਹਿੰਦੇ ਨੇ ਮਨ ਦੇ ਵਿੱਚ ਪਰਮੇਸ਼ਰ ਵੱਸੇ, ਉਹਦੀ ਰਹਿਮਤ ਦੇ ਨਾਲ ਵੱਸਦਾ ਉਹ, ਔਰ ਉਹਦੀ ਰਹਿਮਤ ਗੁਰੂ ਦੇ ਮਾਧਿਅਮ ਰਾਹੀਂ ਸਾਡੀ ਸਾਰਿਆਂ ਦੀ ਝੋਲੀ ਦੇ ਵਿੱਚ ਪੈਂਦੀ ਹੈ। ਇਸ ਕਰਕੇ ਗੁਰੂ ਜੋ ਕਹੇ ਉਸ ਮਾਰਗ 'ਤੇ ਚੱਲਣ ਵਾਸਤੇ ਦ੍ਰਿੜ ਹੋਣਾ, ਤਰਲੇ ਲੈਣੇ, ਅਰਦਾਸ ਕਰਨੀ, ਸਿਰ ਚੁਕਾਉਣਾ ਉਹਦੇ ਕਦਮਾਂ 'ਚ, ਉਹ ਕਦੀ ਟੁੱਟ ਪਵੇ। ਸ਼ਬਦ ਸਾਡੇ ਮਨ ਜਿਹੜਾ ਜ਼ੁਬਾਨ 'ਤੇ ਆ, ਉਹ ਮਨ ਦੇ ਵਿੱਚ ਇਸ ਰੂਪ ਦੇ ਵਿੱਚ ਟਿਕੇ, ਪਰਮੇਸ਼ਰ ਦੀ ਅਸਚਰਜਤਾ ਪਲ ਪਲ ਖਿਨ ਖਿਨ ਅਸੀਂ ਮਹਿਸੂਸ ਕਰ ਸਕੀਏ, ਔਰ ਫਿਰ ਮਨ ਉਸ ਵਿਸਮਾਦ ਦੇ ਵਿੱਚ ਟਿਕਦਾ ਹੈ ਜਿਹੜਾ ਪਰਮੇਸ਼ਵਰੀ ਆਨੰਦ 'ਤੇ ਪ੍ਰੇਮ ਆ। ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਦੀ ਝੋਲੀ ਐਸੀ ਬਖਸ਼ਿਸ਼ ਪਾਣ, ਫੁੱਲ ਚੁੱਕ ਦੀ ਖਿਮਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਕਿਰਪਾਲੂ ਪਾਤਸ਼ਾਹ ਜੀ ਕਾ ਬੇਅੰਤ ਸ਼ੁਕਰ, ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।